ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਹਰ ਵਾਰ ਦੀ ਤਰ੍ਹਾਂ ਲੈ ਕੇ ਆਏ ਆ ਜੀ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਜੋ ਕਿ ਯਾਰੀ ਕੀਤਾ ਗਿਆ ਆ ایمਸ ਹਸਪੀਟਲ ਵੱਲੋਂ ਸੋ ਸਰਕਾਰੀ ਹਸਪੀਟਲ ਵਿੱਚ ਜਿਹੜੀਆਂ ਭਰਤੀਆਂ ਦੇ ਨੋਟੀਫਿਕੇਸ਼ਨ ਨਿਕਲੇ ਆ ਡਿਟੇਲ ਵਿੱਚ ਉਹਨਾਂ ਦੀ ਜਾਣਕਾਰੀ ਦਵਾਂਗੇ ਜੀ ਵੱਖ-ਵੱਖ ਪੋਸਟਾਂ ਤੇ ਹੋ ਰਹੀ ਆ ਭਰਤੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਰਿਕੁਐਸਟ ਹੈ ਜਿਹੜੇ ਸਟੂਡੈਂਟ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰਨ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਜ਼ਰੂਰ ਦਬਲੋ ਤਾਂ ਕਿ ਹਰ ਇੱਕ ਆਉਣ ਵਾਲੀ ਇੰਪੋਰਟੈਂਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਤੇ ਆਪਣੇ ਇੰਸਟਾਗ੍ਰam ਤੇ ਟੈਲੀਗ੍ਰam ਚੈਨਲਾਂ ਨੂੰ ਜੁਆਇਨ ਤੇ ਫੋਲੋ ਕਰ ਲਵੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਲੈ ਕੇ ਚੱਲਦੇ ਹਾਂ ਤੁਹਾਨੂੰ ਸਿੱਧਾ ਜਾਰੀ ਹੋਏ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੋਸਟਾਂ ਨੇ ਜਿਹੜੀਆਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਨੰਬਰ 1 ਤੇ ਮੈਡੀਕਲ ਸੁਪਰੀਟੈਂਡੈਂਟ ਨੰਬਰ 2 ਤੇ ਐਸੋਸੀਏਟ ਪ੍ਰੋਫੈਸਰ ਕਾਲਜ ਆਫ ਨਰਸਿੰਗ ਠੀਕ ਹੈ ਜੀ ਅਸਿਸਟੈਂਟ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਆਫ ਮੈਡੀਕਲ ਅਸਿਸਟੈਂਟ ਪ੍ਰੋਫੈਸਰ ਆਫ ਕਲੀਨਿਕਲ ਹੈਮਟੋਲੋਜੀ ਠੀਕ ਹੈ ਜੀ ਵੱਖ-ਵੱਖ ਪੋਸਟਾਂ ਨੇ ਅਸਿਸਟੈਂਟ ਪ੍ਰੋਫੈਸਰ ਆਫ ਸਟੈਟਿਸ ਐਂਡ ਡੈਮੋਗ੍ਰਾਫੀ ਅਸਿਸਟੈਂਟ ਪ੍ਰੋਫੈਸਰ ਆਫ ਐਨੈਸਥੀਆ ਠੀਕ ਹੈ ਜੀ ਸੋ ਕਿੰਨੀਆਂ ਪੋਸਟਾਂ ਨੇ ਕਿਹੜੀ ਕੈਟਾਗਰੀ ਦੀਆਂ ਕਿੰਨੀਆਂ ਪੋਸਟਾਂ ਡਿਟੇਲ ਦੇ ਟੋਟਲ ਪੋਸਟਾਂ ਤੁਸੀਂ ਚੈੱਕ ਕਰ ਸਕਦੇ ਹੋ 21 ਟੋਟਲ ਪੋਸਟਾਂ ਨੇ ਠੀਕ ਹੈ ਜੀ ਸੋ ਡਿਟੇਲ ਦੇ ਵਿੱਚ ਸਾਰਾ ਕੁਝ ਦਿੱਤਾ ਗਿਆ ਆ ਕੁਆਲਿਫਿਕੇਸ਼ਨ ਆ ਜਿਹੜੀ ਉਹ ਵੀ ਨੀਚੇ ਦਿੱਤੀ ਗਈ ਆ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਮੈਡੀਕਲ ਸੁਪਰੀਟੈਂਟ ਲਈ ਜਿਹੜੀ ਕੁਆਲਿਫਿਕੇਸ਼ਨ ਚਾਹੀਦੀ ਆ ਉਹ ਇਹ ਆ ਠੀਕ ਹੈ ਜੀ ਸੋ ਆ ਦੇਖੋ ਨੰਬਰ 2 ਤੇ ਜਿਹੜੀ ਐਸੋਸੀਏਟ ਪ੍ਰੋਫੈਸਰ ਇਨ ਕਾਲਜ ਆਫ ਨਰਸਿੰਗ ਠੀਕ ਹੈ ਜੀ ਮਾਸਟਰਸ ਡਿਗਰੀ ਇਨ ਨਰਸਿੰਗ ਫਰੋਮ ਅ ਰਿਕੋਗਨਾਈਜ਼ਡ ਇੰਸਟੀਟਿਊਟ ਅ ਰਜਿਸਟਰਡ ਨਰਸ ਮਿਡ ਬਾਈ ਫਰੀ 5 ਇਅਰ ਐਕਸਪੀਰੀਅੰਸ ਵਿਦ ਅ ਮਿਨਿਮਮ ਆਫ 2 ਇਅਰਸ ਟੀਚਿੰਗ ਐਕਸਪੀਰੀਅੰਸ ਇਨ ਨਰਸਿੰਗ ਠੀਕ ਹੈ ਜੀ ਸੋ ਮਾਸਟਰਸ ਡਿਗਰੀ ਮਤਲਬ ਐਮ ਐਸ ਸੀ ਨਰਸਿੰਗ ਕੀਤੀ ਹੋਣੀ ਚਾਹੀਦੀ ਆ ਰਜਿਸਟਰਡ ਨਰਸ ਐਂਡ ਮਿਡ ਬਾਈ ਫਰੀ ਅਪਲਾਈ ਕਰ ਸਕਦੇ ਆ ਬਟ ਉਹਨਾਂ ਕੋਲੇ 5 ਸਾਲ ਦਾ ਐਕਸਪੀਰੀਅੰਸ ਵਿਦ ਮਿਨਿਮਮ 2 ਇਅਰ ਟੀਚਿੰਗ ਐ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਜੀ ਅਸਿਸਟੈਂਟ ਪ੍ਰੋਫੈਸਰ ईएनटी टी ईएनटी ਹਨਾ ਜੀ ਤੇ ਮੈਡੀਕਲ ਕੁਆਲੀਫਿਕੇਸ਼ਨ ਇਨਕਲੂਡ ਅ ਸ਼ਡਿਊਲ ਫਸਟ ਐਂਡ ਸੈਕੰਡ ਪਾਰਟ ਆਫ ਫੋਰਥ ਥਰਡ ਸ਼ਡਿਊਲ ਆਫ ਦਾ ਇੰਡੀਅਨ ਮੈਡੀਕਲ ਕਾਉਂਸਲ ਐਕਟ 1956 ਠੀਕ ਹੈ ਜੀ ਤੇ ਆ ਪੋਸਟ ਗ੍ਰੈਜੂਏਸ਼ਨ ਕੁਆਲੀਫਿਕੇਸ਼ਨ ਐਮਐਸਸੀ ਇਨ ईएनटी ਠੀਕ ਹੈ ਜੀ ਸੋ ਇਸ ਦੇ ਨਾਲ ਹੀ ਵੱਖ-ਵੱਖ ਜਿਹੜੀਆਂ ਪੋਸਟਾਂ ਨੇ ਉਹਨਾਂ ਦੀ ਕੁਆਲੀਫਿਕੇਸ਼ਨ ਦਿੱਤੀ ਗਈ ਆ ਇਹ ਪੀਡੀਐਫ ਆ ਜਿਹੜੀ ਤੁਸੀਂ ਆਪਣੇ ਟੈਲੀਗ੍ਰam ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ ਮੈਂ ਟੈਲੀਗ੍ਰam ਚੈਨਲ ਤੇ ਪੀਡੀਐਫ ਅਵੇਲੇਬਲ ਕਰਵਾ ਦਿਨਾ ਵਾ ਸੋ ਅਪਲਾਈ ਕਿੱਦਾਂ ਕਰਨਾ ਵਾ ਉਹਦੀ ਡਿਟੇਲ ਇਨਫੋਰਮੇਸ਼ਨ ਦੇ ਦਿੰਨੇ ਆ ਤੁਹਾਨੂੰ ਸੋ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਲਈ ਤੁਹਾਨੂੰ ਆ ਦੇਖੋ ਜਿਹੜਾ ਪੋਰਟਲ ਆ ਉਹ ਓਪਨ ਹੋਵੇਗਾ ਤੁਸੀਂ चेक कर सकते हो कि रिक्रूटमेंट ऑनलाइन ओपनिंग डेट एक छः दो हज़ार बई तो स्टार्ट होगी लिंक विल भी अवेलेबल ऑन डबल्यू 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 डॉट एम्स एग्जामज़ डॉट ए सी डॉट इन येबसाइट पर लिंक अवेलेबल होगा क्लोजिंग डेट आ जी तीह छः दो हज़ार बई यानी के एक जून तो स्टार्ट होकर तीह जून तक तो अपलाई कर सबल्यू डबल्यू डबल्यू एम्स एग्जाम्स डॉट ए सी डॉट इन ये लिंक अवेलेबल होगा ठीक है जी सो so, इस तरह जेडे एलिजिबल कैंडीडेट ने ओ, ਇਸ ਵੈਬਸਾਈਟ ਤੇ ਵਿਜ਼ਿਟ ਕਰਕੇ ਆਨਲਾਈਨ ਅਪਲਾਈ ਕਰ ਸਕਦੇ ਆ ਸੋ ਹੋਰ ਵੀ ਜੇ ਕੋਈ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆਉਂਦਾ ਵਾ ਸੋ ਇਹ ਨੋਟੀਫਿਕੇਸ਼ਨ ਕੱਢਿਆ ਕਿੱਥੋਂ ਗਿਆ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਸੋ ਦੱਸ ਦਿੰਨੇ ਆ ਜੀ ਸੋ ਇਹ ਨੋਟੀਫਿਕੇਸ਼ਨ ਕੱਢਿਆ ਗਿਆ ਜੀ 올 ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਨਿਊ ਡელი ਵੱਲੋਂ ਠੀਕ ਹੈ ਜੀ ਸੋ ਜੇ ਹੋਰ ਕੋਈ ਭਾਰਤੀ ਦਾ ਨੋਟੀਫਿਕੇਸ਼ਨ ਆਉਂਦਾ ਵਾ ਚਾਹੇ ਉਹ ਪੰਜਾਬ ਦੀ ਹੋਵੇ ਹਰਿਆਣਾ ਦੀ ਰਾਜਸਥਾਨ ਹਿਮਾਚਲ ਜਾਂ ਦਿੱਲੀ ਆਪਾਂ ਸਾਰੇ ਹੀ ਇੰਪੋਰਟੈਂਟ ਨੋਟੀਫਿਕੇਸ਼ਨ ਸ਼ੇਅਰ ਕਰਦੇ ਰਹਨੇ ਆ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਉਮੀਦ ਕਰਦੇ ਆ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਮਿਲਦੇ ਆ ਜੀ ਨੈਕਸਟ ਇਨਫੋਰਮੇਸ਼ਨ ਦੇ ਨਾਲ ਨਵੀਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਬਾਕੀ ਪੀਡੀਐਫ ਤੁਹਾਨੂੰ ਟੈਲੀਗ੍ਰam ਚੈਨਲ ਤੇ ਮਿਲ ਜਾਊਗੀ ਉੱਥੋਂ ਡਾਊਨਲੋਡ ਕਰਕੇ ਤੁਸੀਂ ਡਿਟੇਲ ਦੇ ਵਿੱਚ ਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ